ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਪਿਛਲੇ 3 ਸਾਲ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ। 3 ਸਾਲ ਤੋਂ ਚੋਣ ਕਿਉਂ ਨਹੀਂ ਰਹੀ? ਇਹ ਸਭ ਤੋਂ ਵੱਡਾ ਕਿ ਪਾਕਿਸਤਾਨ 'ਚ ਵੱਸਦੇ ਮਨਿਓਰਟੀ ਭਾਈਚਾਰੇ 'ਚ ਅਗਰ ਸਿੱਖ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਬਹੁਤ ਸਾਰੇ ਪਵਿੱਤਰ ਗੁਰਧਾਮ ਨੇ ਜਿਨ੍ਹਾਂ ਦੀ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ, ਲੇਕਿਨ ਪਿਛਲੇ 3 ਸਾਲ ਤੋਂ ਚੋਣ ਨਹੀਂ ਹੋਈ। ਵਜ੍ਹਾ ਦੱਸੀ ਜਾ ਰਹੀ ਕਿ ਕਮੇਟੀ ਦਾ ਮੈਂਬਰ ਬਣਨ ਲਈ 3 ਪੀੜ੍ਹੀਆਂ ਤੋਂ ਸਿੱਖ ਹੋਣਾ ਲਾਜ਼ਮੀ ਆ, ਅਤੇ ਜਿਹੜੇ ਪਿਛਲੀਆਂ 3 ਪੀੜ੍ਹੀਆਂ ਤੋਂ ਸਿੱਖ ਹੋਣਗੇ ਉਹ ਕਮੇਟੀ ਦੇ ਮੈਂਬਰ ਹੋ ਸਕਦੇ ਨੇ। ਅਤੇ ਇਸ ਕਰਕੇ ਹੁਣ ਪਿਛਲੇ 3 ਸਾਲ ਤੋਂ ਬੀਤ ਚੁੱਕੇ ਨੇ, ਲੇਕਿਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਖਤਮ ਹੋਣ ਤੋਂ 3 ਵਰ੍ਹਿਆਂ ਬਾਅਦ ਵੀ ਜਿਹੜੀ ਚੋਣ ਨਹੀਂ ਹੋਈ, ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਏਵਕਿਊਈ ਟਰੱਸਟ ਪ੍ਰੋਪਰਟੀ ਬੋਰਡ ਜਿਹਨੂੰ ETPB ਦੇ ਨਵੇਂ ਪ੍ਰਧਾਨ ਜਾਂ ਮੈਂਬਰਾਂ ਦੀ ਨਿਯੁਕਤੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ 12 ਜੁਲਾਈ 2021 ਨੂੰ ਖਤਮ ਹੋਣ ਤੋਂ ਬਾਅਦ ਬੋਰਡ ਵੱਲੋਂ ਨਵੇਂ ਮੈਂਬਰਾਂ ਜਾਂ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦੀ ਬਜਾਏ ਪਹਿਲੀ ਕਮੇਟੀ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਪਾਕਿਸਤਾਨ ਦੇ ਵੱਸ ਜਿਹੜੇ ਸਿੱਖ ਆਗੂਆਂ ਅਤੇ ETP ਅਧਿਕਾਰੀਆਂ ਦਾ ਕਹਿਣਾ ਕਿ ਇਸ ਮਸਲੇ ਦੇ ਵਿੱਚ ਕਿ ਸਰਕਾਰ ਵੱਲੋਂ ਕਮੇਟੀ ਦੀ ਚੋਣ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਤਾਂ ਹੋ ਸਕਦਾ ਕਿ ਜਿਹੜੀਆਂ ਇਸ ਮਹੀਨੇ ਪਾਕਿਸਤਾਨ ਦੇ ਵਿੱਚ ਕੌਮੀ ਚੋਣਾਂ ਨੇ ਉਸ ਤੋਂ ਬਾਅਦ ਹੀ ਜਦੋਂ ਸਰਕਾਰ ਬਣੂਗੀ, ਨਵੀਂ ਪਾਕਿਸਤਾਨ ਗੌਰਮੈਂਟ ਬਣੇਗੀ, ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਗਾ। ਪਾਕਿਸਤਾਨ ਸਿੱਖ ਆਗੂਆਂ ਦੀ ਮੰਨੀਏ ਤਾਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਮੈਂਬਰਾਂ ਦੀ ਚੋਣ ਸ਼੍ਰੋਮਣੀ ਕਮੇਟੀ ਵਾਂਗ ਹੀ ਵੋਟਿੰਗ ਦੇ ਆਧਾਰ 'ਤੇ ਨਹੀਂ ਹੁੰਦੀ, ਬਲਕਿ ETPB ਵੱਲੋਂ ਸੂਬਾ ਬਲੋਚਿਸਤਾਨ, ਸਿੰਧ, ਲਹਿੰਦੇ ਪੰਜਾਬ ਅਤੇ ਸੂਬਾ ਖੈਬਰ ਪਖਤੂਨਖਵਾ ਤੋਂ ਆਪਣੀ ਇੱਛਾ ਨਾਲ ਕੁੱਲ 10 ਮੈਂਬਰ ਚੁਣੇ ਜਾਂਦੇ ਨੇ। ਉੱਧਰ ਬੋਰਡ ਦਾ ਕਹਿਣਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਲਈ ਜਿੰਨੇ ਮੈਂਬਰ ਬਣਨਾ ਉਹ ਪਿਛਲੇ 3 ਪੀੜ੍ਹੀਆਂ ਤੋਂ ਸਿੱਖ ਹੋਣਾ ਉਹਦੇ ਵਾਸਤੇ ਜ਼ਰੂਰੀ ਹੈ, ਜਦਕਿ ਪ੍ਰਧਾਨ ਦੇ ਅਹੁਦੇ ਲਈ 3 ਪੀੜ੍ਹੀਆਂ ਤੋਂ ਸਿੱਖ ਹੋਣ ਦੇ ਨਾਲ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਗਿਆਨ ਹੋਣਾ ਵੀ ਜ਼ਰੂਰੀ ਹੈ। ਬੋਰਡ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਜਲਦ ਹੀ ਪਾਕਿਸਤਾਨੀ ਸਿੱਖ ਆਗੂਆਂ ਨਾਲ ਗੱਲਬਾਤ ਕੀਤੀ ਜਾਏਗੀ ਕਿ ਗ੍ਰੰਥੀ ਸਿੰਘ ਅਤੇ ਗੁਰਦੁਆਰਿਆਂ ਦੀ ਸੇਵਾ ਲਈ ਘੱਟੋ ਘੱਟ ਕਿੰਨੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਕਿੰਨੀਆਂ ਪੀੜ੍ਹੀਆਂ ਤੋਂ ਸਿੱਖ ਹੋਣਾ ਲਾਜ਼ਮੀ ਹੈ, ਅਤੇ ਇਸ ਦੇ ਨਾਲ ਹੀ ਫਾਈਨਲ ਜਿਹੜੀ ਰਿਪੋਰਟ ਆ ਇਸਲਾਮਾ ਸਥਿਤ ਸੰਬੰਧਿਤ ਮੰਤਰਾਲੇ ਨੂੰ ਸੌਂਪੀ ਜਾਏਗੀ। ਲੇਕਿਨ ਪਿਛਲੇ 3 ਸਾਲ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ। ਜਿੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ, ਉੱਥੇ ਇਹ ਵੀ ਆ ਕਿ ਪਾਕਿਸਤਾਨ ਗੌਰਮੈਂਟ ਵੀ ਕਈ ਸਮੇਂ ਤੋਂ ਬੁਰੇ ਹਾਲਾਤਾਂ ਦੇ ਵਿੱਚ ਗੁਜ਼ਰ ਰਹੀ ਹੈਗੀ। ਉੱਥੋਂ ਦੀ ਸਰਕਾਰ ਜਿਸ ਹਿਸਾਬ ਦੇ ਨਾਲ ਉੱਥੋਂ ਦੇ ਪ੍ਰਾਈਮ ਮਿਨਿਸਟਰ ਜਾਂ ਉੱਥੋਂ ਦਾ ਸਿਸਟਮ ਹਿੱਲਿਆ ਪਿਆ, ਤਹਿਸ ਨਹਿਸ ਹੋਇਆ ਪਿਆ, ਅਤੇ ਸ਼ਾਇਦ ਉਸੇ ਕਰਕੇ ਮੰਨਿਆ ਜਾ ਰਿਹਾ ਕਿ ਇਹ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ, ਔਰ ਦੂਜਾ ਜਿਹੜੇ ਮੈਂਬਰ ਬਣਨ ਵਾਸਤੇ ਪਿਛਲੀਆਂ 3 ਪੀੜ੍ਹੀਆਂ ਤੋਂ ਸਿੱਖ ਹੋਣਾ ਲਾਜ਼ਮੀ ਆ। ਅੰਮ੍ਰਿਤਸਰ ਤੋਂ ਅਜੀਤ ਦੇ ਪੱਤਰਕਾਰ ਸੁਰਿੰਦਰ ਕੋਸ਼ੜ ਹੋਣਾ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਜਿਹੜੇ ਸੁਰਿੰਦਰ ਕੋਸ਼ੜ ਹੋ ਉਹਨਾਂ ਨੇ ਪਾਕਿਸਤਾਨ ਵੱਸਦੇ ਸਿੱਖ ਆਗੂਆਂ ਅਤੇ ਹੋਰਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ। ਉਸ ਗੱਲਬਾਤ ਦੇ ਆਧਾਰ 'ਤੇ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਹੈ ਕਿ
ਜਿਹੜੀ ਵੱਡੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਜਿਹੜੀ ਪਿਛਲੇ 3 ਸਾਲ ਤੋਂ ਜਿਹੜੀ ਚੋਣ ਨਹੀਂ ਹੋਈ, ਇੱਕ ਕਿ ਕਮੇਟੀ 'ਚ ਮੈਂਬਰ ਬਣਨ ਲਈ ਪਿਛਲੇ 3 ਪੀੜ੍ਹੀਆਂ ਤੋਂ ਬੰਦਾ ਸਿੱਖ ਹੋਣਾ ਲਾਜ਼ਮੀ ਹੈ, ਔਰ ਦੂਜਾ ਜਿਹੜੀ ਉੱਥੋਂ ਦੀ ਸਰਕਾਰ ਦੀ ਡਾਵਾਂਡੋਲ ਸਥਿਤੀ ਆ ਉਹ ਵੀ ਇੱਕ ਮੋਟੀ ਵਜ੍ਹਾ। ਹਾਲਾਂਕਿ ਹੁਣ ਇਸ ਮਹੀਨੇ ਪਾਕਿਸਤਾਨ ਦੇ ਵਿੱਚ ਨੈਸ਼ਨਲ ਅਸੈਂਬਲੀ ਪਾਰਲੀਮੈਂਟ ਵਾਸਤੇ ਚੋਣਾਂ ਵਾ, ਅਤੇ ਪਾਕਿਸਤਾਨ ਵਸਦੇ ਸਿੱਖ ਭਾਈਚਾਰੇ ਨੂੰ ਉਮੀਦ ਹੈ ਕਿ ਜਦੋਂ ਇੱਕ ਜਿਹੜੀ ਸਹੀ ਜਿਹੜੀ ਸਰਕਾਰ ਬਣ ਗਈ ਉਸ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਹੋ ਸਕਦੀ ਆ। ਲੇਕਿਨ ਫਿਲਹਾਲ ਪਿਛਲੇ 3 ਸਾਲ ਤੋਂ ਚੋਣ ਨਹੀਂ ਹੋਈ। ਜਿਹੜੀ ਪਿਛਲੀ ਕਮੇਟੀ ਸੀ ਉਸ ਨੂੰ ਹੀ ਬਹਾਲ ਕੀਤਾ ਗਿਆ। ਜਿਹੜੀ ਪਿਛਲੀ ਕਮੇਟੀ ਦੀ ਵੈਸੇ ਜਿਹੜੀ ਮਿਆਦ ਆ ਉਹ 12 ਜੁਲਾਈ 2021 ਨੂੰ ਖਤਮ ਹੋ ਗਈ ਸੀ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।